दुख हंता ताको विघ्न न को लागे ताको विघ्न न को लागे जाकि प्रभु आ गए अनंत गुनी निदा गुरु गरीब निवा गरीब निवा गरीब निवा सतगुर की सेवा सफल है सतगुर की सेवा सफल है
लाए दुनियावी पक्ष दे विच भी साड़ी जड़ी मजबूती बनती है। पिछले लंबे समय तो लैके साड़े प्रचारक साहबान, धर्म प्रचार कमेटी, श्रोमणी गुरद्वारा प्रबंधक कमेटी, आप जी दे हलके दे बड़े सूझवान सत्कारयोग सरदार मेजर सिंह जी, मैंबर श्रोमणी गुरद्वारा प्रबंधक कमेटी सरदार जगजीत सिंह, बीबा जसपाल कौर जी ते समुची टीम धर्म प्रचार कमेटी वालों बच्चों के गुरमत कैंप ला के बच्चों गुरमत की सिक्ख्या तो जाणू कराने वास्ते वख वख नगरां विच आपां ने कैंप लाए ने। अज आपां सारे बच्चे भी माता पिता सारे कतर हुए हाँ। कुछ जरूरी बेनतियां जिहड़ियां ਇਹ ਹਨ ਕਿ ਆਪਣਾ ਜਿਹੜਾ ਇਹ ਕੈਂਪ ਲੱਗਿਆ ਹੈ ਇਹ ਕੈਂਪ ਦੀ ਸਮਾਪਤੀ ਅੱਜ ਹੋ ਰਹੀ ਹੈ ਅਤੇ ਸਾਡੇ ਜੋ ਕੁਛ ਸਿੱਖਿਆ ਉਹਦੀ ਸਮਾਪਤੀ ਨਹੀਂ ਹੈ ਸਾਡੀ ਉਹ ਸਾਡੀ ਜ਼ਿੰਦਗੀ ਦੇ ਵਿੱਚ ਲਗਾਤਾਰ ਸਾਡਾ ਨਵਾਂ ਦਿਨ ਚੜ੍ਹਦਾ ਹੈ ਸਾਡੀ ਸ਼ੁਰੂਆਤ ਹੁੰਦੀ ਹੈ ਅਸੀਂ ਆਪਣੀ ਸ਼ੁਰੂਆਤ ਨਵੇਂ ਦਿਨ ਤੋਂ ਕਿਸ ਤਰ੍ਹਾਂ ਦੇ ਨਾਲ ਕਰਨੀ ਹੈ ਜਿਵੇਂ ਆਮ ਤੌਰ 'ਤੇ ਸਾਡੇ ਨਗਰਾਂ ਪਿੰਡਾਂ ਦੇ ਵਿੱਚ ਵੇਖਿਆ ਜਾਂਦਾ ਹੈ ਕਿ ਸੰਗਰਾਂਦ ਦੇ ਦਿਨ ਵਾਲੇ ਜਾਂ ਕੋਈ ਮੱਸਿਆ ਪੂਰਨਮਾਸ਼ੀ ਵਾਲੇ ਦਿਨ ਆਪਾਂ ਇਕੱਤਰ ਹੋ ਕਰਕੇ ਕਹਿੰਦੇ ਵੀ ਅੱਜ ਇੱਕ ਨਵਾਂ ਦਿਨ ਦਾ ਆਗਾਜ਼ ਹੋਇਆ ਹੈ ਅਤੇ ਸਾਡਾ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਚੰਗਾ ਬਤੀਤ ਹੋ ਜਾਵੇ। ਪਰ ਸਾਨੂੰ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਹੈ ਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਸਤਿਗੁਰੂ ਨੇਤਾ ਪ੍ਰਤੀ ਸਾਡੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਜਦੋਂ ਉਹਦੀ ਕਿਰਪਾ ਦੇ ਨਾਲ ਸਾਡੀ ਅੰਮ੍ਰਿਤ ਵੇਲੇ ਅੱਖ ਖੁੱਲ੍ਹਦੀ ਹੈ ਸਾਡੇ ਦਿਨ ਦਾ ਆਗਾਜ਼ ਹੁੰਦਾ ਹੈ ਅਤੇ ਸਾਡੀ ਆਰੰਭਤਾ ਜਿਹੜੀ ਉਹ ਕਿਸ ਤਰ੍ਹਾਂ ਦੇ ਨਾਲ ਹੋਣੀ ਚਾਹੀਦੀ ਹੈ। ਅੱਜ ਦਾ ਜਿਹੜਾ ਯੁੱਗ ਹੈ ਬਹੁਤਾਤ ਵਿੱਚ ਇਹ ਹੋ ਗਿਆ ਕਿ ਜਿਸ ਦੇ ਵਿੱਚ ਇਲੈਕਟ੍ਰੋਨਿਕ ਜਿਹੜੀਆਂ ਵਸਤੂਆਂ ਨੇ ਉਹਨਾਂ ਨੇ ਸਾਡੇ ਜ਼ਿੰਦਗੀ ਦੇ ਵਿੱਚ ਬੜੇ ਸੁਖਾਵੇਂ ਮਾਹੌਲ ਵੀ ਬਣਾਏ ਹਨ ਪਰ ਉਹਦੇ ਨਾਲ ਨਾਲ ਕਿਤੇ ਨਾ ਕਿਤੇ ਜਾ ਕੇ ਸਾਨੂੰ ਉਹਨਾਂ ਦੇ ਵਰਤੋਂ ਦੇ ਵਿੱਚ ਸਾਡੇ ਤਰੀਕੇ ਗਲਤ ਹੋ ਗਏ ਜਿਨ੍ਹਾਂ ਕਰਕੇ ਸਾਨੂੰ ਉੱਠਣ ਸਮੇਂ ਹੀ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਜਿਹੜਾ ਹੈ ਉਹ ਦਿਸਦਾ ਹੈ ਅਤੇ ਉਹਦੇ ਮੋਬਾਈਲ 'ਤੇ ਸਕਰੀਨ 'ਤੇ ਲੱਗੇ ਮੈਸੇਜ ਪੜ੍ਹਨਾ ਫਿਰ ਉਹਨਾਂ ਅਸੀਂ ਅੱਗੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਜਿਹੜੀ ਕਿ ਸਾਡੇ ਜੀਵਨ ਦੇ ਵਾਸਤੇ ਲਾਹੇਵੰਦ ਨਹੀਂ ਹੈ। ਸਾਡੇ ਜੀਵਨ ਦੀ ਜਿਹੜੀ ਸ਼ੁਰੂਆਤ ਹੈ ਉਹ ਸ਼ੁਰੂਆਤ ਸਾਡੇ ਜੀਵਨ ਦੀ ਹੈ ਮੂਲ ਮੰਤਰ ਗੁਰਮੰਤਰ ਅਤੇ ਜਪਜੀ ਸਾਹਿਬ ਜੀ ਦੇ ਪਾਠ ਤੋਂ। ਅੱਜ ਬੜੇ ਪਿਆਰੇ ਬੱਚਿਆਂ ਨੇ ਤੁਸੀਂ ਇਸ ਗੁਰਮਤ ਕੈਂਪ ਦੇ ਵਿੱਚ ਹਾਜ਼ਰੀ ਭਰ ਕੇ ਸਾਡੇ ਪ੍ਰਚਾਰਕ ਸਾਹਿਬਾਨਾਂ ਤੋਂ ਜਿਹੜਾ ਤੁਹਾਨੂੰ ਸਿਲੇਬਸ ਦਿੱਤਾ ਉਹ ਸਿਖਾਇਆ ਗਿਆ, ਤੁਹਾਨੂੰ ਮੂਲ ਮੰਤਰ ਦਾ ਜਾਪ ਜਿਹੜਾ ਸੀ ਉਹ ਕਰਾਇਆ ਗਿਆ ਅਤੇ ਮਾਪੇ ਬੈਠੇ ਹਨ, ਭੈਣਾਂ ਸਾਡੀਆਂ ਬੈਠੀਆਂ ਨੇ, ਸਾਡਾ ਇਤਿਹਾਸ ਗਵਾਹ ਹੈ। ਸਾਡਾ ਇਤਿਹਾਸ ਸਾਨੂੰ ਦੱਸ ਰਿਹਾ ਕਿ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਜਦੋਂ ਉਹ ਪ੍ਰਭਾਤ ਹੁੰਦੀ ਸੀ ਅਤੇ ਸਤਿਗੁਰੂ ਦੀ ਬਾਣੀ ਵੀ ਸਾਨੂੰ ਇਹ ਕਹਿ ਰਹੀ ਕਿ ਪ੍ਰਭਾਤੇ ਉੱਠ ਨਾਮ ਜਪ ਨਿਸ ਬਾਸੁਰ ਆਰਾਧ ਕਾਰਾ ਤੁਜਹ ਨਾ ਵਿਆਪਈ ਨਾਨਕ ਮਿਟੈ ਉਪਾਦ। ਗੁਰਬਾਣੀ ਸਾਨੂੰ ਇਹ ਕਹਿ ਰਹੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ।
ਸਤਿਗੁਰੂ ਦੀ ਬਾਣੀ ਇਹ ਕਹਿ ਰਹੀ ਹੈ ਕਿ ਚਿੜੀ ਚੁਹਕੀ ਪਹੁ ਫੁੱਟੀ ਵਗਣ ਬਹੁਤ ਤਰੰਗ। ਅੰਮ੍ਰਿਤ ਵੇਲੇ ਦਾ ਸਾਨੂੰ ਬਹੁਤ ਵੱਡਾ ਮਹੱਤਵ ਦੇ ਕਰਕੇ ਸਤਿਗੁਰਾਂ ਨੇ ਗੁਰਬਾਣੀ ਦੇ ਰਾਹੀਂ ਇਤਿਹਾਸ ਦੇ ਰਾਹੀਂ ਸਾਨੂੰ ਸਮਝਾਇਆ ਕਿ ਸਾਡੀਆਂ ਭੈਣਾਂ ਜਦੋਂ ਘਰਾਂ ਵਿੱਚ ਅੰਮ੍ਰਿਤ ਵੇਲੇ ਉੱਠਦੀਆਂ ਤੇ ਸਭ ਤੋਂ ਪਹਿਲਾਂ ਘਰਾਂ ਦੇ ਵਿੱਚ ਮੂਲ ਮੰਤਰ ਜਪਜੀ ਸਾਹਿਬ ਦਾ ਪਾਠ ਆਸਾ ਦੀ ਵਾਰ ਦਾ ਪਾਠ ਹੋਇਆ ਕਰਦਾ ਸੀ। ਜਦੋਂ ਸਾਡੇ ਇਤਿਹਾਸ ਨੂੰ ਵੇਖੀਏ ਤੇ ਮਾਤਾ ਸੁਲੱਖਣੀ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਮਹਿਲ, ਮਾਤਾ ਖੀਵੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮਹਿਲ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ, ਉਹਨਾਂ ਨੇ ਲੰਗਰਾਂ ਦੇ ਵਿੱਚ ਵੀ ਸੇਵਾਵਾਂ ਕੀਤੀਆਂ ਤੇ ਉਹਨਾਂ ਨੇ ਆਪਣੇ ਗ੍ਰਿਸ਼ਤੀ ਜੀਵਨ ਵਿੱਚ ਆਪਣੇ ਘਰ ਨੂੰ ਵੀ ਸੰਭਾਲਿਆ ਔਰ ਘਰ ਦੀ ਸਾਂਭ ਸੰਭਾਲ ਜਿਹੜੀ ਸੀ ਉਹਨਾਂ ਦੀ ਅੰਮ੍ਰਿਤ ਵੇਲੇ ਉੱਠ ਕੇ ਜਿੱਥੇ ਭੈਣਾਂ ਉਹਨਾਂ ਸਾਡੀਆਂ ਬੀਬੀਆਂ ਨੇ ਸਤਿਕਾਰਯੋਗ ਮਾਤਾ ਜੀ ਨੇ ਘਰ ਦੇ ਕਾਰਜ ਕਰਨੇ ਉੱਥੇ ਉਹਨਾਂ ਦੀ ਰਸਨਾ ਅਤੇ ਵਾਹਿਗੁਰੂ ਅਤੇ ਮੂਲ ਮੰਤਰ ਦਾ ਜਾਪ, ਜਪਜੀ ਸਾਹਿਬ ਦਾ ਪਾਠ ਅਤੇ ਉਹਨਾਂ ਦੀ ਰਸਨਾ ਅਤੇ ਆਸਾ ਦੀ ਵਾਰ ਦਾ ਜਾਪ ਹੋਇਆ ਕਰਦਾ ਸੀ। ਅੱਜ ਕਿਤੇ ਨਾ ਕਿਤੇ ਸਾਡੇ ਘਰਾਂ ਵਿੱਚੋਂ ਇਹ ਜਿਹੜੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਉਹ ਮਨਫੀ ਹੋ ਗਈ। ਗੁਰੂ ਸਾਹਿਬ ਦੀ ਬਖਸ਼ਿਸ਼ ਮਨਫੀ ਹੋਣ ਕਰਕੇ ਸਾਡੇ ਘਰਾਂ ਦਾ ਜਿਹੜਾ ਮਾਹੌਲ, ਸਾਡੇ ਘਰਾਂ ਦਾ ਜਿਹੜਾ ਤਣਾਅ ਵਧਣਾ, ਸਾਡੇ ਰਿਸ਼ਤਿਆਂ ਵਿੱਚ ਜਿਹੜੇ ਫਰਕ ਪੈ ਨੇ, ਇਹ ਕਿਤੇ ਨਾ ਕਿਤੇ ਜਾ ਕੇ ਇਹ ਗੱਲਾਂ ਸਾਨੂੰ ਬਹੁਤ ਇਫੈਕਟ ਕੀਤੀਆਂ ਨੇ। ਔਰ ਅੱਜ ਸਾਨੂੰ ਲੋੜ ਹੈ ਕਿ ਬੀਬੀ ਅਮਰੋ ਜਦੋਂ ਅੰਮ੍ਰਿਤ ਵੇਲੇ ਉੱਠਦੇ ਨੇ, ਉਹ ਦੁੱਧ ਰਿੜਕਦੇ ਨੇ, ਘਰ ਦਾ ਕਾਰਜ ਕਰਦੇ ਅਤੇ ਉਹਨਾਂ ਦੀ ਰਸਨਾ ਅਤੇ ਜਪਜੀ ਸਾਹਿਬ ਦਾ ਪਾਠ ਅਤੇ ਆਸਾ ਦੀ ਵਾਰ ਦਾ ਜਾਪ ਹੋਇਆ ਕਰਦਾ ਹੈ। ਸਾਡੇ ਬਜ਼ੁਰਗ ਬੈਠੇ ਨੇ, ਸਾਡੀਆਂ ਮਾਤਾਵਾਂ ਬਜ਼ੁਰਗ ਬੈਠੀਆਂ ਨੇ ਸੰਗਤ ਵਿੱਚ। ਸਾਡੇ ਘਰਾਂ ਦਾ ਮਾਹੌਲ ਇਹ ਸੀ ਕਿ ਜਦੋਂ ਸਾਡੀਆਂ ਮਾਤਾਵਾਂ ਪਹਿਲਾਂ ਘਰ ਦਾ ਕੰਮ ਕਾਜ ਕਰਦੀਆਂ, ਜੇ ਉਹਨਾਂ ਨੇ ਪ੍ਰਸ਼ਾਦੇ ਪਨੋ ਪਕਾਉਣ ਵਾਸਤੇ ਆਟਾ ਗੁੰਨਣਾ ਤੇ ਉਦੋਂ ਵੀ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰਨਾ, ਘਰ ਦੇ ਵਿੱਚ ਕੋਈ ਕਾਰਜ ਕਰਨਾ। ਸਾਡੇ ਬਜ਼ੁਰਗ ਹਲ ਵਾਹੁਣ ਵਾਸਤੇ ਜਾਂਦੇ, ਖੇਤਾਂ ਵਿੱਚ ਜਾਂਦੇ ਤੇ ਪਹਿਲਾਂ ਉਹਨਾਂ ਨੇ ਰੱਬ ਦਾ ਨਾਮ ਚੇਤੇ ਕਰਨਾ, ਫਿਰ ਉਹਨਾਂ ਨੇ ਕਾਰਜ ਆਪਣਾ ਜਿਹੜਾ ਸਵਾਰਨਾ ਸੀ। ਤੇ ਅੱਜ ਤੋਂ 40-50 ਸਾਲ ਜੇ ਪਿੱਛੇ ਨੂੰ ਅਸੀਂ ਨਜ਼ਰ ਮਾਰੀਏ ਤੇ ਸਾਡੇ ਘਰਾਂ ਦੇ ਮਾਹੌਲ ਬੜੇ ਸੁਖਾਵੇਂ ਸਨ, ਸਾਡੇ ਘਰਾਂ ਵਿੱਚ ਅਮਨ ਸ਼ਾਂਤੀ ਸੀ, ਸਾਡੇ ਪਰਿਵਾਰਾਂ ਦੇ ਵਿੱਚ ਏਕਾ ਇਤਫਾਕ ਸੀ। ਅੱਜ ਭਾਵੇਂ ਅਸੀਂ ਪੜ੍ਹ ਲਿਖ ਗਏ ਹਾਂ, ਪਰ ਪੜ੍ਹ ਲਿਖ ਕਰਕੇ ਵੀ ਸਾਡੇ ਘਰਾਂ ਵਿੱਚ ਉਹ ਸੁਖਾਵਾਂ ਮਾਹੌਲ ਇਸ ਕਰਕੇ ਨਹੀਂ ਬਣਿਆ ਕਿਉਂਕਿ ਅਸੀਂ ਆਪਣੇ ਮੂਲ ਦੇ ਨਾਲ ਟੁੱਟ ਗਏ ਹਾਂ। ਅੱਜ ਲੋੜ ਹੈ ਸਾਨੂੰ ਆਪਣੇ ਮੂਲ ਦੇ ਨਾਲ, ਮੁੱਢ ਦੇ ਨਾਲ ਜੁੜਨ ਦੀ। ਔਰ ਅੱਜ ਫਿਰ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਨੂੰ ਆਪਣੇ ਘਰ ਵਿੱਚ ਲੈ ਕੇ ਆ ਸਕਦੇ ਹਾਂ, ਪਰ ਉਹ ਆਏਗੀ ਤਾਂ ਜੇ ਅਸੀਂ ਆਪਣੇ ਵੱਲੋਂ ਸ਼ੁਰੂਆਤ ਕਰਾਂਗੇ। ਅਤੇ ਅੱਜ ਆਪਾਂ ਸਾਰੇ ਬੱਚੇ ਵੀ ਬੈਠੇ ਹਨ, ਸਾਡੇ ਬਜ਼ੁਰਗ ਬੈਠੇ, ਸਾਡੀਆਂ ਭੈਣਾਂ ਮਾਤਾਵਾਂ ਬੈਠੀਆਂ ਨੇ, ਅਤੇ ਆਪ ਜੀ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਕਿ ਭੈਣੋ, ਜਦੋਂ ਆਪਣੇ ਬੱਚੇ ਨੂੰ ਤੁਸੀਂ ਸਕੂਲ ਵਾਸਤੇ ਭੇਜਣਾ ਹੈ ਔਰ ਸਕੂਲ ਦੇ ਭੇਜਣ ਦੇ ਨਾਲ ਆਪਣੇ ਬੱਚੇ ਨੂੰ ਮੂਲ ਮੰਤਰ ਦਾ ਪਾਠ ਜਾਪ ਕਰਕੇ ਭੇਜੋ, ਆਪਣੇ ਬੱਚੇ ਨੂੰ ਗੁਰਮੰਤਰ ਦਾ ਜਾਪ ਕਰਕੇ ਤਿਆਰ ਕਰੋ, ਆਪਣੇ ਬੱਚੇ ਦੇ ਪ੍ਰਸ਼ਾਦਾ ਬਣਾਉਣੇ ਹੋ ਅਤੇ ਉਹਦਾ ਜਿਹੜਾ ਹੈ ਪ੍ਰਸ਼ਾਦਾ ਬਣਾਉਣ ਲੱਗਿਆਂ ਵਾਹਿਗੁਰੂ ਮੰਤਰ, ਮੂਲ ਮੰਤਰ ਦਾ ਜਾਪ ਕਰੋ। ਗੁਰਬਾਣੀ ਦਾ ਐਡਾ ਕੁ ਅਸਰ ਬਖਸ਼ਿਸ਼ ਹੋਵੇਗੀ ਕਿ ਸਾਡੇ ਘਰ ਦਾ ਔਰਾ ਜਿਹੜਾ ਬਦਲ ਜਾਵੇਗਾ, ਕਿਉਂਕਿ ਗੁਰਬਾਣੀ ਕਈ ਵਾਰ ਸਾਡੇ ਮਨਾਂ 'ਚ ਇਹ ਵੀ ਖਿਆਲ ਹੁੰਦਾ ਹੈ, ਸਾਨੂੰ ਗੁਰਬਾਣੀ ਦੀ ਸਮਝ ਨਹੀਂ ਲੱਗਦੀ, ਅਰਥਾਂ ਦੀ ਸਮਝ ਨਹੀਂ ਲੱਗਦੀ। ਸਾਡੇ ਘਰਾਂ ਵਿੱਚ ਸਹਿਜ ਪਾਠ ਪ੍ਰਾਰੰਭ ਹੋਣੇ ਜ਼ਰੂਰੀ ਨੇ, ਸਾਡੇ ਬੱਚਿਆਂ ਦੇ ਵਿੱਚ ਉਹ ਜਿਹੜਾ ਸਾਡਾ ਸਹਿਜ ਪਾਠ ਨਿਤਨੇਮ ਅਸੀਂ ਆਪ ਕਰਾਂਗੇ, ਸਾਡੇ ਬੱਚੇ ਨਾਲ ਬੈਠਣਗੇ ਅਤੇ ਸਾਡੇ ਘਰ ਦਾ ਔਰਾ ਬਦਲ ਜਾਵੇਗਾ। ਭਾਈ ਹਰਵੀਰ ਸਿੰਘ ਜੀ ਬੈਠੇ ਨੇ, ਇਹ ਆਪਣੇ ਇਲਾਕੇ ਵਿੱਚ ਸਹਿਜ ਪਾਠ ਵੀ ਬੱਚਿਆਂ ਤੋਂ ਸਕੂਲਾਂ ਕਾਲਜਾਂ ਵਿੱਚ ਵੀ ਕਰਾਉਂਦੇ ਨੇ। ਸੋ ਬੇਨਤੀ ਇਹ ਹੈ ਕਿ ਪਹਿਲਾਂ ਅਸੀਂ ਆਪਣੇ ਘਰ ਨੂੰ ਤਬਦੀਲ ਕਿਵੇਂ ਕਰਨਾ ਹੈ, ਘਰ ਦੇ ਵਿੱਚ ਤਬਦੀਲੀ ਤਾਂ ਆਵੇਗੀ ਜੇ ਅਸੀਂ ਆਪਣੇ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਜਿਹੜੀ ਹੈ ਉਹ ਸਤਿਗੁਰੂ ਦੀ ਬਾਣੀ ਦੇ ਰਾਹੀਂ ਕਰਾਂਗੇ। ਅਤੇ ਅੱਜ ਆਪਾਂ ਇਹ ਗੁਰੂ ਦੇ ਚਰਨਾਂ 'ਚ ਪ੍ਰਣ ਕਰਕੇ ਜਾਈਏ ਕਿ ਸਤਿਗੁਰੂ ਸਾਡੇ 'ਤੇ ਕਿਰਪਾ ਕਰੋ, ਕਿਉਂਕਿ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੁੰਦਾ। ਇਹ ਛੇਵੇਂ ਪਾਤਸ਼ਾਹ ਦਾ ਸਥਾਨ, ਛੋਟੀ ਜਿਹੀ ਉਦਾਹਰਨ ਦੇ ਕੇ ਮੈਂ ਸਮਾਪਤੀ ਵੱਲ ਜਾਵਾਂ। ਵੇਖੋ, ਦੁਨੀਆਂ ਵਿੱਚ ਪੜ੍ਹਾਈ ਬਹੁਤ ਜ਼ਰੂਰੀ ਹੈ, ਹਰ ਇੱਕ ਮਾਤਾ ਪਿਤਾ ਦਾ ਇੱਛਾ ਹੈ ਕਿ ਮੇਰਾ ਬੇਟਾ ਪੜ੍ਹ ਜਾਵੇ। ਕੋਈ ਕਹਿੰਦਾ ਵੀ IPS ਬਣੇ, ਕੋਈ ਜੱਜ ਬਣ ਜਾਵੇ, ਕੋਈ ਇੰਜੀਨੀਅਰ ਬਣਨਾ ਚਾਹੁੰਦਾ ਹੈ,
कोई किसी प्रकार का ओदा लेना चाहता है मुबारक है लेने चाहिए अपन पर यह दुनियावी विद्या के नाल ओदे भी सानू मिल जाने सब कुछ मिल जाना है पर पूर्ण मनुख नहीं बनया जाना पूर्ण मनुख बन वास्ते गुरु की बाणी की लोड़ है पूर्ण मनुख बन वास्ते सानू मूल मंत्र ते गुर मंत्र दा जाप जरूरी है जदों साडे कोल दुनियावी विद्या आवेगी उहदे नाल साडा अध्यात्मक पख जिहड़ा है वह दृढ़ होवेगा ते असी पूर्ण मनुख बन दे काबल हो जावांगे अज बहुत वड्डियां डिग्रियां साडे कोल हैन पर पूर्ण मनुख दे गुण साडे कोल है नहीं जिहड़े गुण साडे विच आउणे चाहीदे सी अज पढ़े लिखे बच्चे अपने माता पिता दा सत्कार क्यों नहीं कर रहे उन्हां दा आदर सत्कार उन्हां दा रहन सहन क्यों नहीं ढंग दा मर रहा क्योंकि अपने मूल नालों टुट गए ने जदों आपां मूल नाल जुड़ांगे ते साडे बच्चियां दे विच उह आदर सत्कार करन दी भावना बनेगी पर शुरू सानू अपने तो करनी पैनी जिन्ना चिर असीं अपने आप तो शुरू नहीं करदे साडे बच्चे उह नहीं करनगे क्योंकि जो असीं कर रहे हैं बच्चियां ते प्रभाव उदां दा पै रहा है असीं अपने बच्चियां नूं जे मूल दे नाल जुड़ना ते सब तो पहला सानू आप मूल मंत्र गुर मंत्र दा जाप करना पवेगा जपजी साहिब दा पाठ सो छोटी जी उदाहरण आप जी दे नाल सांझी कर लवां छेवें पातशाह गुरु हरगोबिंद साहिब जी जदों ये मालवे की धरती विच विचर रहे ने ते धन गुरु हरगोबिंद साहिब जी ने उस वेले एक सिख नूं बचन कीता सी कोई ऐसा सिख है जिहड़ा मैनूं जपजी साहिब दा पाठ संगत दे विच बड़ी भावना ते शरदा दे नाल ते शुद्धता दे नाल सुना दे सरवण करावे कोई हुण सतगुरु दे सनमुख कोई नहीं बोल रहा सी कि मैं जपजी साहिब दा पाठ सुनावां जी क्योंकि ये मार्ग वास्ते निम्रता बड़ी जरूरी है जे निम्रता आ गई तो सारा कुछ साडे कोल आ जाणा किसी वल्लों कोई हां ना कीती गई तो एक सिख उठिया जिहदा नाम भाई गोपाल भाई गोपाल जी ने गल विच पल्ला पाया और बेनती करके कहन लगा सतगुरु मेरी समर्था ते नहीं है कि मैं जपजी साहिब जी का पाठ शुद्ध ते संगत विच मैं आप जी नूं सरवण करा सकां पर जे तुहाडी कृपा वरत जावे तुहाडी रहमत हो जावे जे तुसी मेरे शीश ते अपना मेहर भरिया हाथ रख के मेरी रसना ते वस जावो ते मैं तुहाडी कृपा दे नाल जपजी साहिब जी का पाठ आप जी नूं सरवण करा सकदा हां। हजूर ने बख्शिश की भाई गोपाल जी जपजी साहब का पाठ संगती संगत विच हजूर नूं सरवण करा रहे ने संगत सरवण कर रही है जपजी साहब का पाठ संपन्न होने वाल हो रहा है जात पहारा धीरज सुनियार अहरन मत वेद हथियार वेखो सतगुरु किनिया को रहमता करदा बाणी पढ़न करके सतगुरु किडिया वड्डिया दातां बख्शिश करदा बाणी पढ़न वास्ते और असी ये ख्याल करके कह दें जी मैनू बाणी नहीं पढ़नी मैनू अर्थ नहीं आते मैं बाणी किवें पढ़ा जी साडा टाल मटोल हो जाता है और जो टाल मटोल करते तो गुरु की बख्शिश तो वांझे रह जाने हाँ। हजूर जदों भाई गोपाल जी जपजी साहब का पाठ सरवण करा रहे ने ना तो धन गुरु हरगोबिंद साहब सच्चे पातशाह अपने सिंघासन से सुभाए मान ने हजूर ने बड़ी दीर्घ दृष्टि के नाल तकना किया भी जिहड़ा सिख मैनू बाणी सुना रहा है इस सिख नूं मैं भेटा दे वजो की देवा की भेटा अर्पण कर देनी चाहिए। हजूर ने दुनियावी पदार्थां नूं देखिया सारा कुछ देख करके ना धन गुरु हरगोबिंद साहब सच्चे पातशाह जी अपने सिंघासन तो ना एक गोडा उपर नूं चुकिया ते उठाया ते उठन लगे सिख दी निगाह पै गई भाई गोपाल दे मन विच विचार आया भी सतगुरु जी नूं बाणी सरवण करांगे ते अज मेरा मन दा फुरना सी कि मैं सतगुरु तो आ वस्तु मंग लवां दिलबाग ते गुलबाग घोड़ा जिहड़ा भाई विधि चंद साहिब जी लाहौर तो लैके आए सन उन्हां घोड़ियां विचों एक घोड़े ते नज़र पई भाई गोपाल जी कि गुरु साहिब जी अज कितें बख्शिश कर देण हजूर ने उत्थे अपना गोडा टिकाया पाठ की संपूर्णता होई ते धन गुरु हरगोबिंद साहिब सच्चे पातशाह जी ने माण ते सन्मान कीता सिख दा पर उहदे वास्ते एक बचन कीता कहन लगे सिखो गुरबाणी पढ़ना गुरबाणी सरवण करना ते गुरबाणी सरवण कराउण दा कोई भी भेटा नहीं है गुरबाणी अगमी है
उस अकाल पुरख की दात गुरबाणी की भेटा नहीं को दे सकता। कहन लगे जो मैं तकिया दीर्घ दृष्टि न मैं को भेटा गुरबाणी की लगी नहीं, मैं इस करके अपना सिंघासन ही छड के तहानू गुरु नानक साहब जी की उस गद्दी ते उस गुरदा गद्दी ते विराजमान करना चाहता सी। तुहाडा मन दा फुरना घोड़े तक बनिया, तेनू घोड़ा भी दिता दुनियावी पदार्थ भी दिते, पर यह अध्यात्मक मंडल की उडारी मारन वास्ते आभा मंडल विच आनंद देन वाली बाणी है। जे असी बाणी नू आभा मंडल विच उडारी मारन वास्ते पढ़ांगे, जिथे आभा मंडल अध्यात्मक दाता सानू सतगुरु दिंदा उथे दुनियावी दाता भी दिंदा है। पर साड़ी कमजोरी है भी असी कहने सानू बाणी पढ़नी नहीं आउंदी। गुरमुखो सतगुरु गुरु हर राय साहब जी की शरण विच भी आए से सिख कहिंदे महाराज गुरबाणी नहीं पढ़नी आउंदी, अर्थ नहीं आउंदे। सतगुरु नूं कहिंदे पाठ परे हम नित गुरबाणी, अर्थ परमार्थ भेद ना जानी। कहिंदे महाराज पाठ रोजाना करदे पर गुरबाणी दे अर्थ ते परमार्थ दा रस्ता नहीं पता लगदा। जो गुर सतगुर ने मग दिखायो सो हम तेने जात कमायो। जो तुसां ने रस्ता दस्या महाराज रस्ता कमाया नहीं जांदा, पर सतगुरु ने कृपा कीती सी कहन लगे गुरबाणी पढ़दे रहो गुरबाणी सुनदे रहो। जिवें सतगुरु कहिंदे कोई मटके दी उदाहरण दे के कहा सी, एक महाराज जदों बाहर गए सी सतगुरु जी ने सिख नूं कहा देख की चमकदा है, ते महाराज नूं कहा सी महाराज एक टुटिया होया घड़ा जिस च काढ़ने च दुध काढ़िया गया सी, वह काढ़ने की एक डिकरी जिहड़ी है उहदे विच घिओ जिहड़ा है वह चमकदा पिया है। उदाहरण दे के गुरु हर राय साहिब जी कहिंदे सिखो घड़े दे विच दुध काढ़िया गया उहदी जिहड़ी थंध्याई है मक्खन की घिओ की थंध्याई इस घड़े के जरे जरे में समा गई, घड़े का वजूद खत्म हो गया पर थंध्याई खत्म नहीं हुई। इस करके गुरबाणी पढ़ते रहो गुरबाणी सुनते रहो, आ शरीर रूपी भांडा खत्म हो जाएगा पर गुरु की बाणी की बख्शिश कदे खत्म नहीं होगी, वो तुहाडा लोक ते परलोक जिहड़ा है वह सवार देगी। अज सानू लोड़ है अपने गुरु की बख्शिश की बाणी सतगुरु का दर्शाया मार्ग जिहड़ा है इस मार्ग से चलन की लोड़ है। समाप्ति वाल पा जावां, रिजल्ट तैयार होकर आ गया। अज शहीद भाई मनी सिंह का शहीदी दिहाड़ा है, जिन्हां ने बहुत वड्डी सेवा की गुरबाणी पढ़न गुरबाणी सुनन अगे गुरबाणी पढ़ाउण की सेवा की जिन्हां ने, उन्हां दा शहीदी दिहाड़ा है। अज सिख कौम दे विच सिख धर्म दे विच शहीदियां देना शहीदियां दा जिहड़ा दौर धन गुरु अर्जन देव महाराज सच्चे पातशाह नूं शहीदां दा सरताज कहा जांदा है। पर जदों साडी वारी आउंदी ते उत्थे आण के इक विद्वान कहिंदा है सिर देना ते मूंहों ना सी करनी ए मौत नाल है प्रीत साडी, सिर देना मूंहों ना सी करनी ए मौत नाल है प्रीत साडी, जमना मरना ते रीत है संसार दी, बंद बंद कटाउणा है रीत साडी। ਇਹ ਕਿੱਥੋਂ ਬਣਿਆ ਜੀ? ਗੁਰਬਾਣੀ ਪੜ੍ਹ ਕੇ ਅਤੇ ਗੁਰਬਾਣੀ ਸੁਣ ਕੇ। ਭਾਈ ਮਨੀ ਸਿੰਘ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਲਿਖਣ ਦੀ ਸੇਵਾ ਕੀਤੀ। ਜਿੱਥੇ ਉਹਨਾਂ ਨੇ ਬਾਣੀ ਲਿਖਣ ਦੀ ਸੇਵਾ ਕੀਤੀ ਉੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ 48 ਸਿੰਘਾਂ ਵਿੱਚ ਇੱਕ ਓਹੰਕਾਰ ਤੋਂ ਲੈ ਕੇ 18-10-20 ਤੱਕ ਉਹਨਾਂ ਨੇ ਬਾਣੀ ਸਰਵਣ ਕੀਤੀ ਅਤੇ ਬਾਣੀ ਦੇ ਅਰਥ ਸੁਣੇ। ਜਦੋਂ ਬਾਣੀ ਦੇ ਅਰਥ ਸੁਣੇ ਤਾਂ ਉਹ ਬਦੇਹ ਮੁਕਤ ਹੋਏ, ਭਾਵ ਕਿ ਆਪਣੀ ਦੇਹ ਤੋਂ ਉੱਪਰ ਉੱਠੇ। ਮਹਾਰਾਜ ਨੂੰ ਕਿਹਾ ਸੀ ਮਹਾਰਾਜ ਹੁਣ ਆਨੰਦ ਦੇ ਦਿਓ, ਅਤੇ ਸਤਿਗੁਰਾਂ ਨੇ ਬਚਨ ਕੀਤਾ ਸੀ ਭਾਈ ਮਨੀ ਸਿਆ ਤੁਹਾਡੇ ਕੋਲੋਂ ਬੜੀ ਸੇਵਾ ਲੈਣੀ, ਜੇ ਸਮਾਂ ਇਹੋ ਜਿਹਾ ਆ ਗਿਆ ਤੁਹਾਡਾ ਬੰਦ ਬੰਦ ਵੀ ਕੱਟਿਆ ਜਾਵੇ ਅਤੇ ਤੁਹਾਡੇ ਸਰੀਰ ਦੇ ਬੰਦ ਬੰਦ ਵਿੱਚੋਂ ਵੀ ਬਾਣੀ ਦੀ ਆਵਾਜ਼ ਆਵੇਗੀ। ਔਰ ਇਹ ਹੋਇਆ ਫਿਰ ਜੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਤੇ ਭਾਈ ਮਨੀ ਸਿੰਘ ਦੇ ਹਰ ਇੱਕ ਬੰਦ ਵਿੱਚੋਂ ਸੁਖਮਨੀ ਸਾਹਿਬ ਦੀ ਆਵਾਜ਼ ਆਉਂਦੀ ਰਹੀ, ਹਰ ਇੱਕ ਬੰਦ ਵਿੱਚੋਂ ਬਾਣੀ ਦੀ ਆਵਾਜ਼ ਆਉਂਦੀ ਹੈ। ਔਰ ਇਹ ਤਾਂ ਹੈ ਕਿ ਜਦੋਂ ਅਸੀਂ ਗੁਰਬਾਣੀ ਦੇ ਲੜ ਲੱਗਾਂਗੇ ਗੁਰੂ ਕੀ ਬਾਣੀ ਪੜ੍ਹਾਂਗੇ। ਸੋ ਅੱਜ ਆਪਾਂ ਇੱਕ ਪ੍ਰਣ ਕਰਕੇ ਜਾਣਾ, ਸਾਡੀਆਂ ਭੈਣਾਂ ਸਤਿਕਾਰ ਜੋ ਸਾਡੇ ਬੱਚੇ ਬੈਠੇ ਹੋ, ਅੱਜ ਆਪਾਂ ਇੱਕ ਪ੍ਰਣ ਕਰਕੇ ਜਾਣਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਮੈਂ ਸਾਖੀ ਆਪ ਜਨ ਸਾਂਝੀ ਕੀਤੀ ਕਿ ਮਹਾਰਾਜ ਵੇਖੋ ਸਿੱਖ ਨੂੰ ਆਪਣਾ ਤਖਤ ਛੱਡ ਰਹੇ ਨੇ, ਸਿੱਖ ਨੂੰ ਐਡੀਆਂ ਵੱਡੀਆਂ ਦਾਤਾਂ ਦੇ ਰਹੇ। ਅੱਜ ਆਪਾਂ ਜੇ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਆਪਣੇ ਘਰ ਵਿੱਚ ਦੁਬਾਰਾ ਲਿਆਉਣਾ ਚਾਹੁੰਦੇ ਹਾਂ
ਇਹਨਾਂ ਬੱਚਿਆਂ ਨੂੰ ਆਪਾਂ ਗੁਰਮਤਿ ਦੀ ਸਿੱਖਿਆ ਦਵਾਈ ਅਤੇ ਇਹਨਾਂ ਬੱਚਿਆਂ ਨੂੰ ਸਦਾ ਵਾਸਤੇ ਗੁਰਮਤਿ ਦੇ ਨਾਲ ਜੋੜ ਕੇ ਰੱਖਣਾ। ਫਿਰ ਅੱਜ ਸਾਨੂੰ ਲੋੜ ਹੈ ਆਪਣੇ ਘਰਾਂ ਵਿੱਚ ਗੁਰਬਾਣੀ ਪੜ੍ਹਨ ਅਤੇ ਸੁਣਨ ਦੀ। ਅੱਜ ਆਪਾਂ ਇੱਕ ਗੁਰੂ ਸਾਹਿਬ ਤੋਂ ਪੜ੍ਹਨ ਕਰਕੇ ਜਾਈਏ, ਇੱਕ ਜੈਕਾਰੇ ਦੇ ਨਾਲ ਆਪਣੀ ਝੋਲੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਪਵਾ ਕੇ ਜਾਓ ਕਿ ਸਾਡੇ ਘਰ 'ਚੋਂ ਜਪਜੀ ਸਾਹਿਬ ਕਦੇ ਮਨਫੀ ਨਾ ਹੋਵੇ। ਅਸੀਂ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ, ਨਿਤਨੇਮ, ਆਪਣੇ ਬੱਚਿਆਂ ਨੂੰ ਗੁਰਮੰਤਰ, ਮੂਲ ਮੰਤਰ ਦਾ ਜਾਪ ਕਰ, ਇੱਕ ਜੈਕਾਰੇ ਦੇ ਨਾਲ ਬਾਹਾਂ ਖੜੀਆਂ ਕਰਕੇ ਗੁਰੂ ਸਾਹਿਬ ਦੀ ਸੀਸ ਆਪਣੀ ਝੋਲੀ 'ਚ ਪਵਾਓ। ਸਾਰੀ ਸੰਗਤ, ਸਾਰੇ ਬੱਚੇ, ਮੈਂ ਜੈਕਾਰਾ ਲਾਉਣਾ, ਸਾਰੇ ਆਪਾਂ ਗੁਰੂ ਸਾਹਿਬ ਦਾ ਬਖਸ਼ਿਸ਼ ਆਪਣੀ ਝੋਲੀ 'ਚ ਪਵਾਉਣਾ। ਸਾਰਿਆਂ ਨੇ ਬੜੇ ਪਿਆਰ ਦੇ ਨਾਲ ਗੁਰੂ ਦੀ ਬਖਸ਼ਿਸ਼ ਨੂੰ ਆਪਣੀ ਝੋਲੀ 'ਚ ਪਵਾਉਣਾ। ਬੋਲੇ ਸੋ ਨਿਹਾਲ। ਪਿਆਰੇ ਬੱਚਿਓ, ਬਹੁਤ ਵਧੀਆ, ਤੁਸਾਂ ਨੇ ਗੁਰਮਤਿ ਦੀ ਸਿੱਖਿਆ ਲੈ ਕੇ ਇਸ ਪੇਪਰ ਦੇ ਵਿੱਚ ਵੀ ਹਾਜ਼ਰੀ ਭਰੀ ਹੈ। ਸਾਰੇ ਬੱਚਿਆਂ ਨੂੰ ਬਹੁਤ ਵਧਾਈ। ਭੈਣਾਂ ਨੂੰ ਬੇਨਤੀ, ਅੱਜ ਤੋਂ ਬਾਅਦ ਆਪਣੇ ਘਰਾਂ 'ਚੋਂ ਜਪਜੀ ਸਾਹਿਬ ਦੀ ਬਖਸ਼ਿਸ਼ ਨਾ ਖਤਮ ਹੋਣ ਦਿਓ ਅਤੇ ਗੁਰੂ ਨਾਨਕ ਦੀਆਂ ਰਹਿਮਤਾਂ ਤੁਹਾਡੇ ਘਰ 'ਚੋਂ ਖਤਮ ਨਹੀਂ ਹੋਣਗੀਆਂ। ਸਤਿਗੁਰੂ ਕਿਰਪਾ ਕਰਨ। ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਗਰੀਬ ਨਵਾਜ਼ ਕਿਰਪਾ ਕਰਨ, ਇਸ ਇਲਾਕੇ ਵਿੱਚ ਮੈਂਬਰ ਸਾਹਿਬਾਨ ਸਤਿਕਾਰ ਜੋ ਬੈਠੇ ਨੇ, ਜਿਨ੍ਹਾਂ ਨੇ ਬੜਾ ਆਪਣੀ ਟੀਮ ਨਾਲ, ਸਾਡੇ ਪ੍ਰਚਾਰਕ ਸਾਹਿਬਾਨ ਭਾਈ ਨਿਰਭੈ ਸਿੰਘ ਜੀ, ਉਹਨਾਂ ਦੀ ਸਮੁੱਚੀ ਟੀਮ, ਢਾਡੀ ਸਾਹਿਬਾਨ, ਸਾਡੇ ਧਰਮ ਪ੍ਰਚਾਰ ਦੇ ਸਬ ਆਫਿਸ ਦੇ ਇੰਚਾਰਜ ਸਰਦਾਰ ਜਗਪਾਲ ਸਿੰਘ ਜੀ, ਸਰਦਾਰ ਜੱਸੀ ਜੀ ਆਏ ਨੇ ਉਹਨਾਂ ਦੇ ਨਾਲ, ਸਮੁੱਚੀ ਟੀਮ, ਸਾਰਿਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਆਪਾਂ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਨਾ ਹੈ। ਪਰ ਇਹ ਸਾਡਾ ਉਪਰਾਲਾ ਇੱਥੇ ਖਤਮ ਨਹੀਂ ਹੋਣਾ ਚਾਹੀਦਾ। ਆਪਣੇ ਘਰਾਂ 'ਚ ਅੱਗੇ ਅਸੀਂ ਇਸ ਉਪਰਾਲੇ ਨੂੰ, ਆਪਣੇ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜ ਕੇ ਰੱਖਣਾ। ਜਦੋਂ ਸਾਡਾ ਮੁੱਢ ਚੰਗਾ ਹੋਵੇਗਾ, ਅਸੀਂ ਆਪਣੇ ਮੁੱਢ ਨਾਲ ਜੁੜੇ ਰਹਾਂਗੇ ਅਤੇ ਸਾਨੂੰ ਜਿੰਨੀਆਂ ਮਰਜ਼ੀ ਤੱਤੀਆਂ ਹਵਾਵਾਂ ਆਉਣ, ਜੋ ਮਰਜ਼ੀ ਆ ਜਾਵੇ, ਸਾਨੂੰ ਕੋਈ ਖਤਮ ਨਹੀਂ ਕਰ ਸਕਦਾ। ਜਿਸ ਦਿਨ ਅਸੀਂ ਆਪਣੇ ਅਕੀਦੇ ਨਾਲੋਂ ਆਪਣੇ ਮੁੱਢ ਨਾਲ ਜੁੜ ਟੁੱਟ ਗਏ ਅਤੇ ਸਾਨੂੰ ਕਿਸੇ ਨੇ ਬਚਾਉਣਾ ਨਹੀਂ। ਗੁਰੂ ਕਿਰਪਾ ਕਰੇ, ਬੱਚਿਆਂ ਨੂੰ ਗੁਰਸਿੱਖੀ ਜੀਵਨ ਨਾਮ ਦੀ ਦਾਤ, ਆਪਣੀ ਰਹਿਮਤ ਵਰਤੋਂ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਪਿਆਰ ਸਹਿਤ ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ਼, ਚਵਰ ਛਤਰ ਤਖਤ ਦੇ ਮਾਲਕ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀਓ, ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੁਰੂ ਸਾਹਿਬ ਨੂੰ ਨਤਮਸਤਕ ਹੁੰਦੇ ਹੋਏ ਦੋਨੋਂ ਹੱਥ ਜੋੜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਵਾਲੇ ਹੋ, ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਅਤੇ ਸਵਾਸਾਂ ਨੂੰ ਸਫਲਾ ਕੀਤਾ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਤਿਆਂ। ਜਦੋਂ ਸਿੱਖ ਗੁਰੂ ਦੀ ਗੋਦ 'ਚ ਬੈਠਦਾ, ਭਾਗ ਵੱਡੇ ਹੋ ਜਾਂਦੇ ਨੇ, ਸਵੱਲੇ ਹੋ ਜਾਂਦੇ ਨੇ, ਸਮਾਂ ਅਤੇ ਸਵਾਸ ਸਫਲ ਹੋ ਜਾਂਦੇ ਨੇ। ਆਪਨੇ ਲੰਮੇ ਸਮੇਂ ਤੋਂ ਗੁਰੂ ਦੀ ਗੋਦ ਦਾ ਆਨੰਦ ਮਾਣਿਆ। ਅੱਜ ਆਪ ਸਾਰੇ ਸਾਡੇ ਵਿਦਿਆਰਥੀ, ਬੱਚੇ, ਟੀਚਰ, ਉਹਨਾਂ ਦੇ ਮਾਤਾ ਪਿਤਾ, ਜੋ ਕੈਂਪਾਂ ਦੀ ਸਮਾਪਤੀ 'ਤੇ ਇਕੱਤਰ ਹੋਏ ਹਾਂ। ਮਹਾਰਾਜ ਦਾ ਫੁਰਮਾਨ ਹੈ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਵਿੱਦਿਆ ਦੀ ਵਿਚਾਰ ਕਰਨੀ ਹੈ। ਆਪ ਸਾਰੇ ਵਿਦਿਆਰਥੀ ਹੋ, ਸਾਡੇ ਬੱਚੇ ਹੋ, ਜੋ ਕੌਮ ਦਾ ਭਵਿੱਖ ਹੋ, ਜਿਨ੍ਹਾਂ ਨੇ ਸਮਾਂ ਪਾ ਕੇ ਕੌਮ ਦੀ ਅਗਵਾਈ ਕਰਨੀ ਹੈ, ਜਿਸ ਤਰ੍ਹਾਂ ਸਾਡੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ, ਆਪ ਜੀ ਨੂੰ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦਾ ਜੋ ਸ਼ਹਾਦਤ ਦਿਹਾੜੇ ਬਾਰੇ ਚਾਨਣਾ ਪਾ ਰਹੇ ਸੀ, ਜਿਨ੍ਹਾਂ ਨੇ ਆਪ ਤਾਂ ਸ਼ਹਾਦਤ ਦਿੱਤੀ, 51 ਜੀ ਉਹਨਾਂ ਦੇ ਪਰਿਵਾਰ ਦੇ ਗੁਰੂ ਘਰ ਵਾਸਤੇ ਸ਼ਹਾਦਤਾਂ ਪ੍ਰਾਪਤ ਕੀਤੇ, 51 ਜੀ ਅਤੇ 52ਵੇਂ ਆਪ ਭਾਈ ਮਨੀ ਸਿੰਘ ਜੀ। ਧੰਨ ਉਹਨਾਂ ਦੀ ਸਭ ਤੋਂ ਪਹਿਲਾਂ ਸ਼ਹਾਦਤ ਨੂੰ ਸਾਡੀ ਕੋਟ ਕੋਟ ਪ੍ਰਣਾਮ। ਇਹ ਜੋ ਸਾਡੇ ਪੁਰਖੇ ਨੇ, ਇਹ ਪੂਰਨੇ ਪਾ ਕੇ ਗਏ ਨੇ ਤਾਂ ਕਿ ਉਹ ਪੂਰਨਿਆਂ 'ਤੇ ਅਸੀਂ ਚੱਲ ਸਕੀਏ, ਅਸੀਂ ਚੱਲ ਸਕੇ ਗਾਹਾਂ ਸਾਡੇ ਬੱਚਿਆਂ ਨੇ ਚੱਲਣਾ। ਅੱਜ ਕੈਂਪਾਂ ਦਾ ਮਨੋਰਥ ਕੀ ਹੈ? ਸਾਡੀ ਪਨੀਰੀ ਨੂੰ ਗੁਰੂ ਨਾਲ ਜੋੜਨਾ। ਅਸੀਂ ਜਦੋਂ ਸਕੂਲ 'ਚ ਜਾਂਦੇ ਹਾਂ, ਸਕੂਲ 'ਤੇ ਇੱਕ ਦੋ ਸ਼ਬਦ ਲਿਖੇ ਹੁੰਦੇ ਆ, ਕਮ ਟੂ ਲਰਨ, ਗੋ ਟੂ ਸਰਵ।
ਅੱਜ ਜ਼ਿਆਦਾ ਇਹ ਲਿਖਿਆ ਜਦੋਂ ਅਸੀਂ ਪੜ੍ਹਦੇ ਹੁੰਦੇ ਉਦੋਂ ਲਿਖਿਆ ਹੁੰਦਾ ਸਿੱਖਣ ਲਈ ਆਓ ਅਤੇ ਸੇਵਾ ਲਈ ਜਾਓ। ਸਿੱਖਣਾ ਕਿਉਂ ਹੈ? ਤਾਂ ਕਿ ਸੇਵਾ ਕਰ ਸਕੀਏ। ਵਿੱਦਿਆ ਦੀ ਵਿਚਾਰ ਕਿਉਂ ਕਰਨੀ ਹੈ? ਤਾਂ ਕਿ ਪਰਉਪਕਾਰੀ ਹੋ ਜਾਈਏ। ਜੇ ਪਰਉਪਕਾਰੀ ਨਹੀਂ ਹੋਏ ਤਾਂ ਮਹਾਰਾਜ ਇੱਦਾਂ ਵੀ ਕਹਿੰਦੇ ਆ, ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰਾ। ਤੁਸੀਂ ਵਿੱਦਿਆ ਵੀ ਪੜ੍ਹ ਜਾਓ, ਉੱਚ ਅਹੁਦਿਆਂ 'ਤੇ ਵੀ ਪਹੁੰਚ ਜਾਓ, ਜੇ ਤੁਹਾਡੇ ਅੰਦਰ ਲੱਭ ਲੋਭ ਅਤੇ ਅਹੰਕਾਰ ਹੈ ਤਾਂ ਫਿਰ ਮੂਰਖ ਹੋ। ਗੁਰਮਤ ਸਾਨੂੰ ਇਹਨਾਂ ਵਿਕਾਰਾਂ ਤੋਂ ਬਚਾ ਕੇ ਪਰਉਪਕਾਰੀ ਬਣਾਉਂਦੀ ਹੈ। ਬਣਾਂਗੇ ਕਦੋਂ? ਜਦੋਂ ਸਭ ਤੋਂ ਪਹਿਲਾਂ ਸਾਡੀ ਜਿਹੜੀ ਟੀਚਰ ਹੈ ਉਹ ਮਾਤਾ ਹੈ, ਅਤੇ ਸਭ ਤੋਂ ਪਹਿਲਾਂ ਮਾਤਾ ਦਾ ਵੀ ਧਰਮ ਹੈ ਉਹ ਬੱਚਿਆਂ ਨੂੰ ਗੁਰੂ ਗੁਰੂ ਜਪਾਵੇ, ਅਤੇ ਬੱਚਿਆਂ ਦਾ ਜਿਹੜਾ ਧਰਮ ਹੈ ਉਹ ਮਾਂ ਪਿਓ ਦੇ ਆਗਿਆਕਾਰੀ ਰਹਿਣ। ਜਿਹੜਾ ਬੱਚਾ ਆਗਿਆਕਾਰੀ ਨਹੀਂ ਉਹ ਜ਼ਿੰਦਗੀ 'ਚ ਆਨੰਦ ਪ੍ਰਾਪਤ ਵੀ ਨਹੀਂ ਕਰ ਸਕਦਾ, ਅਤੇ ਅੱਗੇ ਉਹ ਕਿਸੇ ਨੂੰ ਹੁਕਮ ਵੀ ਨਹੀਂ ਚਲਾ ਸਕਦਾ। ਹੁਕਮ ਵੀ ਅੱਗੇ ਉਹ ਚਲਾਉਂਦੇ ਨੇ ਜਿਹੜੇ ਹੁਕਮ ਮੰਨਣਾ ਜਾਣਦੇ ਨੇ। ਮਾਂ ਤੋਂ ਬਾਅਦ ਸਾਡਾ ਟੀਚਰ ਸਕੂਲ ਜਾਂਦੇ ਹਾਂ ਸਾਡੇ ਅਧਿਆਪਕ ਨੇ। ਸਾਡਾ ਅਧਿਆਪਕ ਅੱਜ ਦਾ ਜਦੋਂ ਅਸੀਂ ਸਮਾਂ ਦੇਖਦੇ ਹਾਂ ਅਧਿਆਪਕ ਸਾਡੇ ਵਿਚਾਰੇ ਬਣ ਕੇ ਰਹਿ ਗਏ ਨੇ। ਗੁਰੂ ਮਹਾਰਾਜ ਕਹਿੰਦੇ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਜਿਹੜੇ ਬੱਚਿਆਂ ਨੇ ਉੱਚੇ ਮਰਤਬੇ ਹਾਸਲ ਕਰਨੇ ਹੈ, ਜ਼ਿੰਦਗੀ 'ਚ ਆਨੰਦ ਲੈਣਾ, ਉਹ ਬੱਚਾ ਪ੍ਰਣ ਕਰ ਲਏ ਮੈਂ ਆਪਣੇ ਅਧਿਆਪਕ ਦਾ ਆਗਿਆਕਾਰੀ ਬਣਨਾ। ਜਿਹੜਾ ਬੱਚਾ ਜ਼ਿੰਦਗੀ 'ਚ ਅਧਿਆਪਕ ਦਾ ਆਗਿਆਕਾਰੀ ਨਹੀਂ ਬਣਿਆ ਉਹ ਜ਼ਿੰਦਗੀ 'ਚ ਉੱਤਾ ਮਰਤਬਾ ਵੀ ਨਹੀਂ ਪਾ ਸਕਦਾ। ਉਸ ਤੋਂ ਬਾਅਦ ਫਿਰ ਸਾਡਾ ਗੁਰੂ ਹੈ, ਅਸੀਂ ਗੁਰੂ ਨਾਨਕ ਮਹਾਰਾਜ ਦੀ ਫਲਵਾੜੀ ਹਾਂ, ਅਸੀਂ ਗੁਰੂ ਦੀ ਆਗਿਆ ਮੰਨਣੀ ਹੈ। ਜਿਹੜਾ ਬੱਚਾ ਸਾਡੇ ਮਾਂ ਪਿਓ ਦਾ ਆਗਿਆਕਾਰੀ, ਅਧਿਆਪਕ ਦਾ ਆਗਿਆਕਾਰੀ, ਗੁਰੂ ਦਾ ਆਗਿਆਕਾਰੀ ਹੋਊਗਾ ਉਹ ਜ਼ਿੰਦਗੀ 'ਚ ਆਨੰਦ ਲਊਗਾ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਗੁਰੂ ਝਿੜਕੇ ਮੰਨ ਲਓ ਮਿੱਠਾ ਲੱਗੇ, ਕਿਉਂ? ਸਮਝ ਆ ਜਾਵੇ ਮੇਰਾ ਗੁਰੂ ਤਾਂ ਝਿੜਕਦਾ ਮੇਰੇ 'ਚ ਦੋਸ਼ ਹੈ। ਜਿਹੜੇ ਬੱਚੇ ਇਹ ਗੁਣ ਗ੍ਰਹਿਣ ਕਰਨਗੇ, ਆਪਾਂ ਇੱਥੇ ਇਕੱਠੇ ਹੋਏ ਹਾਂ ਕੈਂਪਾਂ 'ਚ, ਤੁਸੀਂ ਸਰਵਣ ਕੀਤਾ, ਇੱਕ ਗੁਣ ਗ੍ਰਹਿਣ ਕਰਕੇ ਜਾਣਾ। ਜਿਹੜਾ ਕੁਛ ਤੁਸੀਂ ਧਾਰਨ ਕੀਤਾ, ਜਿਹੜਾ ਕੁਛ ਤੁਸੀਂ ਪੜ੍ਹਿਆ, ਤੁਹਾਡੀ ਜ਼ਿੰਦਗੀ ਦੇ ਹਿੱਸੇ ਉਹੀ ਆਉਣਾ ਜਿਹੜਾ ਤੁਹਾਡੇ ਚੇਤੇ ਦਾ ਹਿੱਸਾ ਬਣ ਗਿਆ, ਜਿਹੜਾ ਤੁਹਾਡੀ ਯਾਦ ਦਾ ਹਿੱਸਾ ਆ ਗਿਆ। ਜਿਹਨੇ ਗੁਰਬਾਣੀ ਕੰਠ ਕੀਤੀ, ਸਾਡੇ ਆਮ ਪੁਰਾਤਨ ਬਜ਼ੁਰਗ ਕਹਿੰਦੇ ਉਹਦੇ ਬਾਣੀ ਕੰਠ ਅਤੇ ਪੈਸਾ ਗੰਠ। ਮੈਂ ਲੱਖਾਂ ਪਤੀ ਵੀ ਹੋਵਾਂ, ਮੈਂ ਕਰੋੜਾਂ ਪਤੀ ਵੀ ਹੋਵਾਂ, ਪਰ ਜੇ ਮੇਰੇ ਬੋਝੇ 'ਚ 10 ਰੁਪਈਏ ਨਹੀਂ, ਮੈਂ ਬਾਹਰ ਜਾ ਕੇ ਕੋਈ ਚੀਜ਼ ਮੰਗੂੰਗਾ ਮੈਨੂੰ ਨਹੀਂ ਮਿਲਣੀ, ਮੇਰੇ ਕਿਸੇ ਕੰਮ ਨਹੀਂ ਆਉਣਗੇ। ਸਾਡੇ ਕੋਲ ਗੁਰਮਤਿ ਦਾ ਖਜ਼ਾਨਾ ਹੈ, ਪਰ ਜੇ ਸਾਡੇ ਕੰਠ ਨਹੀਂ ਹੋਊਗਾ, ਸਾਡੇ ਹਿਰਦੇ 'ਚ ਗੁਰਬਾਣੀ ਨਹੀਂ ਵਸੀ ਹੋਊ, ਸਾਡੇ ਕੰਮ ਨਹੀਂ ਆਉਣੀ। ਇਸ ਕਰਕੇ ਸਭ ਤੋਂ ਪਹਿਲਾ ਕੰਮ ਹੈ ਸਿੱਖ ਗੁਰਬਾਣੀ ਨਾਲ ਜੁੜੇ, ਗੁਰਬਾਣੀ ਕੰਠ ਕਰੇ। ਅਤੇ ਗੁਰਬਾਣੀ ਸਿੱਖ ਦੀ ਡੈਫੀਨੇਸ਼ਨ ਸਾਡੇ ਸਿੰਘ ਸਾਹਿਬ ਜੀ ਦੱਸ ਰਹੇ ਸੀ ਨਾ, ਗੁਰੂ ਰਾਮਦਾਸ ਨੇ ਡੈਫੀਨੇਸ਼ਨ ਸਪਸ਼ਟ ਕਰਤੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਇਹ ਦੇਖਣਾ ਸਿੱਖ ਕਹਾਉਂਦੇ ਹੋ, ਦੇਖੋ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਹੋ, ਸਾਡੀਆਂ ਮਾਤਾਵਾਂ ਉੱਠਦੀਆਂ, ਸਾਡੇ ਵੀਰ ਉੱਠਦੇ ਨੇ, ਬੱਚੇ ਉਦੋਂ ਉੱਠਣਗੇ ਜਦੋਂ ਮਾਂ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰੂਗੀ। ਜਿਹੜਾ ਸਿੱਖ ਹੈ ਮਹਾਰਾਜ ਕਹਿੰਦੇ ਉਹ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਕਰਦਾ, ਝਾਲਾਂਗੇ ਉੱਠ ਨਾਮ ਜਪ ਨਿਸਵਾਸਰ ਆਰਾਧ। ਦੂਜਾ ਗੁਰੂ ਨਾਨਕ ਮਹਾਰਾਜ ਦੀ ਅਸੀਂ ਅੰਸਾਂ, ਸਾਡੀ ਝੋਲੀ ਦੇ ਵਿੱਚ 3 ਸੁਨਹਿਰੀ ਗੁਣ ਗੁਰੂ ਨਾਨਕ ਮਹਾਰਾਜ ਨੇ ਪਾ ਕੇ ਜ਼ਿੰਦਗੀ ਦਾ ਆਨੰਦ ਦਿੱਤਾ। ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ, ਇਹ ਗੋਲਡਨ ਅਸੂਲ ਨੇ ਸਾਡੇ ਵਾਸਤੇ। ਗੁਰੂ ਮਹਾਰਾਜ ਕਹਿੰਦੇ ਮੇਰਾ ਸਿੱਖ ਸਭ ਤੋਂ ਪਹਿਲਾਂ ਨਾਮੀ ਹੋਵੇ, ਅੰਮ੍ਰਿਤ ਵੇਲੇ ਉੱਠ ਕੇ, ਜਿਹਦੀ ਪਰਿਭਾਸ਼ਾ ਗੁਰੂ ਭਾਈ ਗੁਰਦਾਸ ਜੀ ਸੌਖੇ ਸ਼ਬਦਾਂ 'ਚ ਵਰਣਨ ਕਰਦੇ ਆ। ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਭਟਕੇ ਉੱਠ ਕਰ, ਇਹ ਸਾਰਿਆਂ ਨੇ ਦ੍ਰਿੜ ਕਰਨੇ ਆ ਜਿਹਨੇ ਆਨੰਦ ਲੈਣਾ। ਗੁਰਸਿੱਖ ਭਟਕੇ ਉੱਠ ਕਰ, ਅੰਮ੍ਰਿਤ ਵੇਲੇ ਸਰਨਾ ਬੰਦਾ। ਗੁਰੂ ਦਾ ਸਿੱਖ ਕੀ ਕਰਦਾ? ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਦਾ, ਜਿਹਨੂੰ ਗੁਰੂ ਮਹਾਰਾਜ ਕਹਿੰਦੇ ਕਰ ਇਸ਼ਨਾਨ। ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸ਼ਰਨਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੇ ਤੂੰ ਰੱਖਿਆ। ਗੁਰੂ ਰੱਖਿਆ ਕਰੂਗਾ ਤੁਹਾਡੀ। ਗੁਰਸਿੱਖ ਭਲਕੇ ਉੱਠ ਕਰ, ਅੰਮ੍ਰਿਤ ਵੇਲੇ ਸਰਨਾ ਬੰਦਾ,
फिर की करदा गुर के बचन उचार के धर्मसाल की सुरत करंदा। अमृत वेले उठदा इशनान करदा नितनेम करदा गुरु गुरु करदा फिर गुरुद्वारे वल नूं मूंह करदा। इत्थे आके की करना साध संगत जाए कै गुरबाणी दे प्रीत सुनन दा। ये सिख की घाड़त घड़ी है भाई गुरदास जी ने दस्या ओ मेरा सिख है। साध संगत इत्थे आउणा ओनली गुरु का शब्द सुनना है। जिथे जुत्ती लाही है सारे विचार उत्थे छड के आ जाने है। साडे गुरु घर की मर्यादा तीन किस्म का इत्थे बख्यान है। जां तां पाठ होगा, पाठ हुंदा जदों एंटर करोगे थोड़ी स्रोत है पाठ वल चली जाए। दूजा साडा साधन है कीर्तन हुंदा, कीर्तन हो रहा कीर्तन सुनो। तीजा कथा। साध संगत वि जायक है गुरबाणी दे प्रीत सुनन दा, शंका मनो मिटायक है गुरसिखां दी सेव करांदा। इत्थे आके भेदभाव भी मिट जांदे आ, ऊंच नीच दा, जात पात दा, अमीरी गरीबी दा भेदभाव मिटा के फिर सब की सेवा करदा। तप्पड़ झाड़ बछाए झूड़ी धूड़ी ना आया। कोई तप्पड़ झाड़दा, कोई देग बरतांदा, कोई कुछ भी करदा, शंका मिटा के इत्थे सेवा करनी है। इत्थे नहीं खड़े आ फिर महाराज भाई गुरदास जी कहिंदे किरत बिरत कर धर्म दी लै प्रसाद आन बरतन दा। ये वंड के छकण की जो परपाटी गुरु नानक महाराज ने पाई, किरत करदा धर्म की, रिश्वत नहीं लेनी। बच्चे साडे जवान होणगे तुसीं किते भी जाओ, मैनूं एक वचन भुलदा नहीं संत बाबा हरदेव सिंह जी लूलो वालिआं दा। वो कहिंदे साडा बच्चा जज बने, साडा बच्चा लॉर्ड बने, उच्चा अफसर बने, साडा बच्चा चौकीदार भी खड़ा होवे पर उहदे विचों सिक्खी दे गुण झलकदे होण। वो कितने कुर्सी पर बैठा उतें ऐ हो सिख बैठा ये रिश्वत नहीं लेंदा, ये सिख बैठा झूठ नहीं बोलता। साडे बच्चे जिते भी जान अज लोड़ है। अज तुसी पंजाब दा हालत देखोगे, पंजाब दा कोई अफसर नहीं सिख, जे है वह भी पता है वो जिहड़ा मैं पहला कहा पढ़िया मूर्ख आखी है जित लब लोभ अहंकारा। जो तुसी देखते हो ना ये सारे औगण इन बिच है। क्यों? क्योंकि सिक्खी ना कोई जुड़िया नहीं। ये लब चस्कियां भी गुझे हुए है, ये लोभी भी ने, सारा पंजाब नूं लुट के खा गया। साडा अज दा जिहड़ा सिस्टम है साडे सामने है, जदों फड़े जांदे आ करोड़ां रुपया निकलदे ने, वो किसे काम भी नहीं आउणे। भाई गुरदास जी कहिंदे किरत बिरत कर धर्म दी लै प्रसाद आण बरतन दा, गुरसिखां नूं दे कर पिछों बचिया आप खवंदा। ये सारे मेरे माता भैणां बच्चे नोट कर लो। सब तो पहला सेवा करनी है, मैं कहना साडे घरों ही कर दिओ। जिदे करे 70 साल की माता बैठी है एडू वड्डा कोई धाम नहीं है। सब तो पहला तड़के अमृत वेले उठ के आओ, माता नूं 70 साल की चाह दे के आओ, उन्हूं गर्म पानी दे के आओ। एडू वड्डा कोई धाम नहीं, कोई सेवा नहीं। महाराज कहिंदे दित्ता लई है अपना, अण दित्ता किसे हथ ना आवै। तुसीं सुख चाहुंदे हो, जिंदगी चाहुंदे हो, यह सेवा करो, यह तुहाडे बदले च मिलेगी। गुरसिखां नूं देख कर पिछों वड्डिया आप खवंदा, कली काल प्रकाश कर गुर चेला चेला गुर छंदा, गुरमत गाडी राह चलंदा। गुरमत फिर जिहड़ा महाराज ने सौखा राह बनाया गा, जिहनूं अज असीं मेगा हाईवे कह दिंदे आ। सीधे राह दा मतलब है जिथे कोई मोड़ ना होवे। दुविधा किथे पैदा हुंदी है? जिथे दो रस्ते हो जाण। गुरु ने सानूं सीधा रस्ता दिखाया, किरत करना, नाम जपना ते वंड के सकना। बच्चिओ तुसीं जिंदगी च गुरु ना जुड़ो, ते जिहड़ा गुरु ना जुड़ूगा गुरु की आग्ञा मनूगा तो उन्होंने फिर जिंदगी दियाँ अवस्थावान वो मैं कहना कितने चौकीदार भी होगा पर जिंदगी आनंद रहूगा। रहना ईमानदार है, किरत धर्म की करनी है, ये गुरु ने साडे हिस्से पाई है, ये प्रबंध किए ने, इस करके ने कि साड़ी जी आने वाली पनीरी है अज जिहड़ा साडा सिस्टम है। मैं ये कह सकदा साडा 50 साल का मेरा वीर भी दारू पी जांदा है, 50 साल का मेरा वीर भी नशे करी जांदा है, मेरी 50 साल की भैन भी भरवट्टे मनाई जाती है जाके। हुण असीं बच वो महाराज का एक बचन है कहिंदा कलर खेती बीजी है क्यों लाहा पावै। हुण जे कलर खेती च बीजो लाहा की मिलना, जिहड़ा बीज हुंदा वह भी जांदा है। हुण साडियां मावां पतत हो गई, हुण खेती का कलर हो गई, उत्थों चंदन का बूटा कित्थे पैदा होवे। साडी मां की कुख खेती है, जिहड़ी मां की कुख ही कलर ही हो गई तो फिर आपां अंदाजा लाओ फिर गुलाब का फुल कित्थे हरा होना है। सब तो वड्डा जिहड़ा फर्ज है मावां दा है, मां अपनी कुख नूं सरसार करे। सरसार कदे ना करे,
गुरबाणी ना करे, गुरु ना जुड़े। ये मकसद एको ही है कि साढ़े अज बच्चे सिखी ना जुड़न, एक किरती हो। सब तो पहला साढ़ा सिख किरती होवे, मंगना नहीं है। गुरु ने मंगना दसिया ही नहीं, ता ही साड़ी झोली च वंड के छंगण की रीत पाई और एडा बड़ा खजाना दिता। अज देश दा अमरीका दा राष्ट्रपति कहना है कि सिख ते गुरद्वारा हर गली च होना चाहिए। एक गुरु नानक महाराज की दात की बख्शिश हुई, जदों असी कोई नहीं सी घरों निकलता, वो जिहड़ा गुरु का सिद्धांत मूल दिता होया सीगा सानू वंड छकण दा, जित्थों कोई नहीं सी जांदा, जदों पुत भी नहीं सी कहिंदा संस्कार करना मैं जाना आपके प्यो का, उदों फिर गुरु के गुरु नानक के पुत्र निकले। वो जिथे लोड़ सी रोटियां नू रोटी दिती, जिथे कपड़े लोड़ सी कपड़ा दिता। तो अमरीका दे उस पर राष्ट्रपति ने कहा भी सिख ते गुरद्वारा हर गली च होना चाहिए, क्यों? क्योंकि जिथे जाणगे ये आनंद देणगे। ये गुरु के महाराज के जिहड़े गुण है यही ग्रहण करने ने। मैं समाप्ति करा, महाराज का एक वचन है, गुणा का होवै बासला कढ बास लई जाए, जे गुण होवन साजना मिल सांझ करी जाए, सांझ करी जाए, गुणा तेरी छोड़ अवगण चली है, पहरे पटंबर कर अडंबर अपना पिड़ मली है, जिथे जाए बही है भला कही है, चोल अमृत पी जाए, गुणा का होवै बासला कढ बास लई जाए। गुरु महाराज गुणा का बासला ने, रतना का खजाना ने। रतन थोन दुनिया भी चाहिए है, महाराज कहते रतना रतन पदार्थ बहु सागर भरिया राम, बाणी गुरबाणी लागे तीन हथ चढ़िया राम। तुसी दुनिया की माया की गल कर दो, ये रतना के खजाने है, जिहड़ा बाणी ना लगेगा वो हथ चढ़ना है। गुरु महाराज कृपा करन, एक साडे समागम सानू गुरु ना जोड़ देन, गुरु के विचार ना जोड़ देन, गुरु के सिद्धांत नाल जोड़ जाण, तां कि साडा जिहड़ा जीवन सफल हो सके। सारिया संगतों का धन्यवाद, सारे प्रबंधकों का धन्यवाद, सारे प्रचारकों का धन्यवाद, सिंह साहब ज्ञानी जगतार सिंह जी, हैड ग्रंथी तक श्री दमदम साहब जी जिन्ह ने आप जी ने सरवण विचार कराए, उन्हों का भी धन्यवाद। सर जगपाल सिंह जी साढ़े धर्म प्रचार के इंचार्ज ने मालवा के, उन्हों का भी धन्यवाद। कोटानकोट धन्यवाद साहब श्री गुरु ग्रंथ साहिब महाराज का, जेडे रहमत बख्श के अपनी गोदी च बिठा के कहण सुन की समर्था बख्शते हैं। गुरु महाराज कृपा कर, कहिया सुनिया साढ़े जीवन का हिस्सा बन जाए, तो सिखी सिदक भरोसा तो नाम की दात साड़ी सारयां दी झोली च पाउण, तां कि ये लोग सुखी है परलोक सुहेले, नानक हर प्रभ आपे मेले, फुल्लां चुक्कां दी मुआफी। वाहिगुरू जी का खालसा, वाहिगुरू जी की फतेह।